ਉਹਦੇ ਨਾਲ ਨਿਬੜਦਾ। ਪਰ ਉਹਨੇ ਜਿਹੜੇ ਗੁਰੂ ਸਾਹਿਬ ਨੂੰ ਕਿਹਾ ਮੰਦਾ ਚੰਗਾ ਸਿੰਘਾਂ ਨੂੰ ਬੋਲਿਆ ਤੁਹਾਡੇ ਸਾਹਮਣੇ ਕਿਵੇਂ ਗਾਲਾਂ ਕੱਢਦਾ, ਉਹਦੀ ਤਾਂ ਬੰਦੀ ਜ਼ੁਬਾਨ ਵੱਢਣ ਵਾਲੀ ਹੈ ਕਾਨੂੰਨ ਮੁਤਾਬਕ ਸਿੰਘਾਂ ਦੇ ਗੁਰਮਤੇ ਮੁਤਾਬਕ। ਜਿਹੜਾ ਇਹੋ ਜਿਹੇ ਕੰਮ ਕਰਦਾ ਉਹਨੂੰ ਸਖ਼ਤ ਸਜ਼ਾ ਹੋਣੀ ਚਾਹੀਦੀ। ਉਹਦੇ ਘਰ ਵਾਲੇ ਵੀ ਕਹਿੰਦੇ ਵੀ ਐਂ ਕਹਿੰਦੇ ਹੰਕਾਰੀ ਫਿਰਦੀ ਹੈ ਵੀ 4 ਕਿੱਲੇ ਵੇਚ ਕੇ ਲਾ ਦਿਆਂਗੇ, ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ। ਮੈਂ ਸਾਰੇ ਪਿੰਡ ਵਾਲਿਆਂ ਨੂੰ ਕਹਿਣਾ ਵੀ ਉਹਦਾ ਬਾਈਕਾਟ ਕਰੋ, ਜੇ ਉਹ ਤਾਂ ਕੋਈ ਗਰੀਬ ਹੁੰਦਾ, ਕੋਈ ਰਮਦਾਸ ਜਾਂ ਮਜ਼ਬੀ ਸਿੱਖ ਹੁੰਦਾ, ਤੁਸੀਂ ਉਹਨਾਂ ਨੂੰ ਕੁੱਟ ਕੁੱਟ ਕੇ ਉਹਨਾਂ ਦੇ ਕਰ ਦੇਣ ਚ ਚੇਪਾ, ਉਹ ਇੱਕ ਤਕੜੇ ਕਰਕੇ ਨੀ ਤੁਸੀਂ ਬੋਲਦੇ? ਤੁਹਾਡੀ ਗੈਰਤ ਮਰ ਗਈ ਪਿੰਡ ਵਾਲਿਆਂ ਦੀ, ਵੀ ਉਹ ਕੋਠੀ ਵਾਲਾ ਗਾ ਵੀ ਤੁਹਾਨੂੰ ਦੁਬਾਰੂ ਜਾ ਉਹ ਕਰ ਦੂ। ਉਹ ਜਿਹੜਾ ਗੁਰੂ ਸਾਹਿਬ ਨੂੰ ਬੋਲ ਗਿਆ, ਤੁਸੀਂ ਉਹਦੇ ਕੀ ਲੱਗਦੇ ਹੋ ਲੋਕ ਜਾਂ ਹੋਰ ਕੀ ਲੱਗਦਾ ਉਹ? ਇਸ ਕਰਕੇ ਸਾਰੀ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਲੌਸਮੈਂਟ ਕਰਕੇ ਉਸ ਘਰ ਦਾ ਬਾਈਕਾਟ ਕਰੋ, ਜਿੰਨਾ ਚਿਰ ਉਹ ਇੱਥੇ ਗੋਡੇ ਰੁੜ ਕੇ ਨਹੀਂ ਆਉਂਦਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ, ਮਾਫ਼ੀ ਨਹੀਂ ਮੰਗਦਾ ਵੀ ਮੈਥੋਂ ਗਲਤ ਕਿਹਾ ਗਿਆ। ਸਾਰਾ ਪਰਿਵਾਰ ਇੱਥੇ ਗੋਡੇ ਰੁੜ ਕੇ ਆਵੇ ਤਾਂ ਉਹਨੂੰ ਉਹਦੇ ਉੱਤੇ ਪਿੰਡ ਤਾਂ ਮੇਲ ਮਿਲਾਪ ਕਰੋ, ਨਹੀਂ ਕੋਈ ਮੇਲ ਮਿਲਾਪ ਨਹੀਂ ਰੱਖਣਾ। ਜੇ ਤੁਸੀਂ ਸਿੱਖ ਹੋ, ਜੇ ਤੁਸੀਂ ਸਿੱਖ ਹੀ ਨਹੀਂ ਹੈਗੇ ਫਿਰ ਜਿਹੜਾ ਕੁਛ ਮਰਜ਼ੀ ਕਰੀ ਜਾਓ। ਜੇ ਗਲਤ ਗੱਲ ਦੱਸੋ ਪਿੰਡ ਵਾਲੇ ਖੜੇ ਹੋ, ਜਿਹੜਾ ਗੁਰੂ ਸਾਹਿਬ ਨੂੰ ਨੀ ਬਖਸ਼ਦਾ ਉਹ ਤੁਹਾਡਾ ਕਿਸਦਾ ਸਾਡਾ ਕੀ ਲੱਗਦਾ? ਬਾਈਕਾਟ ਕਰੋ, ਲੌਸਮੈਂਟ ਕਰੋ ਹੁਣ ਸਾਡੇ ਸਾਹਮਣੇ ਇੱਥੇ ਮਤਾ ਪਾ ਉਹਦੇ ਵਿੱਚ ਵੀ ਉਹਨਾਂ ਚਿਰ ਕੋਈ ਪਿੰਡ ਦਾ ਉਹਨਾਂ ਨਾਲ ਵਰਤੂ ਨੀ, ਕੋਈ ਕੁਛ ਨੀ। ਜੇ ਉਹ ਆਵੇ ਉਹ ਜਿਹੜੀ ਕਾਨੂੰਨ ਦੀ ਸਜ਼ਾ ਲੱਗੀ ਹੈ, ਕਾਨੂੰਨ ਦੀ ਸਜ਼ਾ ਭੁਗਤ ਕੇ ਫਿਰ ਇੱਥੇ ਜਿਹੜੀ ਗੁਰੂ ਸਾਹਿਬ ਦੇ ਗੁਰਮਤੇ ਦੀ ਇਹਦੀ ਸਜ਼ਾ ਲੱਗੀ ਆ, ਇੱਥੇ ਗੋਡੇ ਰੁੜ ਕੇ ਸਾਰਾ ਪਰਿਵਾਰ ਆਵੇ ਮਾਫ਼ੀਆਂ ਮੰਗੇ, ਫਿਰ ਉਹਦੇ ਨਾਲ ਫੇਰ ਦੇਖਾਂਗੇ। ਕਿਉਂ ਬਾਬਾ ਜੀ, ਇਹੋ ਜਿਹੇ ਬੰਦੇ ਨੂੰ ਇਹੀ ਸਜ਼ਾ ਲੱਗਣੀ ਚਾਹੀਦੀ ਹੈ, ਪਤਾ ਲੱਗੇ ਹੋਰ ਉਹਨੂੰ ਜਾਨੋਂ ਤਾਂ ਨਹੀਂ ਮਾਰਨ ਲੱਗੇ। ਇਹ ਤਾਂ ਇੰਨਾ ਘੱਟ ਤੋਂ ਘੱਟ ਕਰ ਸਕਦੇ ਆ। ਜੇ ਬੰਦੇ ਨਾਲ ਰੰਜਿਤ ਸਾਹਿਬ ਦੇ ਨਾਲ ਉਹ ਕੱਢੋ, ਸਾਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ। ਬੇਅਦਬੀ ਪੱਗ ਦੀ ਬੇਅਦਬੀ ਕਰਨੀ, ਸਿੰਘਾਂ ਨੂੰ ਕਹਿਣਾ ਗੁਰੂ ਸਾਹਿਬ ਨੇ ਕੀ ਕਹਿਤਾ ਉਹਨੂੰ? ਗੁਰੂ ਸਾਹਿਬ ਦੀ ਦੇਣ ਆ, ਉਹਨੂੰ ਕੋਠੀਆਂ ਵਿੱਚ ਬਿਠਾਤਾ, ਉਹਨੂੰ ਜ਼ਮੀਨਾਂ ਦੇ ਤੀਆਂ, ਹੰਕਾਰ ਗਿਆ, ਮਾਇਆ ਦਾ ਨਸ਼ਾ ਹੋ ਗਿਆ ਉਹਨੂੰ, ਤਾਂ ਹੀ ਗੁਰੂ ਸਾਹਿਬ ਨੂੰ ਮਾੜਾ ਬੋਲਦਾ, ਮਾਤਾ ਨੂੰ ਮਾੜਾ ਬੋਲਦਾ, ਗਾਲਾਂ ਕੱਢਦਾ। ਇਹੋ ਜਿਹੇ ਜ਼ਬਾਨ ਚ ਕੀੜੇ ਪੈਣਗੇ, ਹੋਰ ਕੀ ਹੋਊਗਾ? ਤੁਹਾਡੇ ਪਿੰਡ ਦੀ ਵੀ ਉਹਨੇ ਦੁਰਗਸੀ ਕਰਤੀ ਇੱਕ ਬੰਦੇ ਨੇ, ਆਪਣਾ ਵੀਡੀਓ ਕਿੰਨੀ ਕੁ ਚੱਲਣੀ ਆ ਤੁਹਾਡੇ ਪਿੰਡ ਦੇ? ਤੁਸੀਂ ਸਾਰੇ ਪਿੰਡ ਨੇ ਸਟੈਂਡ ਨਾ ਲਿਆ, ਤੁਹਾਡਾ ਸਾਰਾ ਸਦਾ ਬਾਅਦ ਤੁਹਾਡਾ ਪਿੰਡ ਕਲੰਕਤ ਹੋਜੂ। ਤੁਸੀਂ ਇਹ ਸਟੈਂਡ ਲਓ, ਮਤਾ ਪਾਓ, ਇੱਥੇ ਲੌਸਮੈਂਟ ਕਰੋ ਗੁਰੂ ਸਾਹਿਬ ਚਰਨਾਂ ਦੇ ਵਿੱਚ ਵੀ ਸਾਥੋਂ ਭੁੱਲ ਗਏ, ਬਿਲਕੁਲ ਸਾਰੇ ਪਿੰਡ ਉਸ ਘਰ ਦਾ ਬਾਈਕਾਟ ਆ। ਇਹ ਤੁਸੀਂ ਹੋਰ ਕੋਈ ਨੀ, ਹੁਣ ਵਿਚਾਰ ਲਓ, ਜੇ ਹੋਰ ਗੱਲਾਂ ਕਰ ਲਓ, ਨਹੀਂ ਨਹੀਂ ਕਰੋ ਤੇ ਚਾਹੇ ਅੱਜ ਹੀ ਤੁਸੀਂ ਆਪਦਾ ਵਿਚਾਰ ਲਓ। ਇਹ ਤੁਸੀਂ ਹਜੇ ਬੈਠੇ ਆ, ਆਪਦੇ ਆਪੋ ਆਪਣੀ ਰਾਏ ਦੱਸ ਦੋ ਵੀ ਜੇ ਕੋਈ ਗਲਤ ਗੱਲ ਕਹੀ ਆ। ਇਹ ਜੇ ਕੋਈ ਪਿੰਡ ਵਾਲੇ ਨੂੰ ਕਿਸੇ ਸਾਡੀ ਗਲਤ ਗੱਲ ਲੱਗੀ ਤਾਂ ਦੱਸੋ ਤੁਸੀਂ, ਕੋਈ ਆਪਾਂ ਇੱਥੇ ਉਹ ਨੀ ਕਰ ਲਿਆ ਹੈਗਾ, ਤੁਸੀਂ ਆਪਦੇ ਵਿਚਾਰ ਵੀ ਦੱਸੋ ਵੀ ਸਹੀ ਆ ਜਾਂ ਗਲਤ ਆ। ਤੁਸੀਂ ਸਾਰੇ ਖੜੇ ਹੋ, ਇਹ ਤੁਹਾਡੇ ਪਿੰਡ ਦਾ ਹੀ ਆ ਉੱਚਾ ਹੋਊਗਾ। ਜੇ ਤੁਸੀਂ ਉਹਦਾ ਤੁਸੀਂ ਬਾਈਕਾਟ ਕਰੋਗੇ ਤੁਹਾਡੇ ਪਿੰਡ ਨੂੰ ਕਹਿਣਗੇ ਲੋਕ ਵੀ ਸਹੀ ਕੀਤਾ ਪਿੰਡ ਵਾਲਿਆਂ ਨੇ। ਜੇ ਤੁਸੀਂ ਉਹਦਾ ਪੱਖ ਪੂਰੋਗੇ ਫਿਰ ਤੁਹਾਡੇ ਲਾਹਣਤ ਪੈਣਗੀਆਂ।
ਸਿਆਲ ਦੇ ਚਾ ਇੱਥੇ ਨਾਲ ਹੀ ਛਿੱਲ ਪਿੰਡ ਉੱਥੇ ਵੀ ਉਹ ਅੰਦਰ ਵੜ ਗਿਆ ਤੇ ਉੱਥੇ ਵੀ ਕਰਾ ਗਏ ਅਸੀਂ ਆ ਮੋਰਿੰਡਾ ਹੋ ਗਿਆ ਆਹ ਸਾਰਾ ਬੇਅਦਬੀਆਂ ਵਾਲਾ ਸਿਸਟਮ ਚੱਲ ਪਏ ਵੀ ਆ ਇਲਾਕੇ ਦੇ ਵਿੱਚ ਮੈਂ ਉਦੋਂ ਕੋਤਵਾਲੀ ਹੁਣ ਤਾਂ ਸਰੇਆਵੇਂ ਬੋਲਣ ਲੱਗ ਗਿਆ ਨਾ ਗਾਲਾਂ ਕੱਢ ਰਿਹਾ ਬੰਦਾ ਦੇਖੋ ਐਸੋ ਕੀ ਕਮਾ ਕੇ ਕਰਦਾ ਉਹ ਨਹੀਂ ਭਾਈ ਸਿਰ ਵੱਡੋ ਹੁਣ ਬਗਾਨਿਆਂ ਦਾ ਖੰਡਾ ਆ ਤੇ ਆਪਣਾ ਤੇ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਇੰਸਪੈਕਟਰ ਸਾਹਿਬ ਬੈਠੇ ਨੇ ਬਾਕੀ ਸਾਰੇ ਨਿਹੰਗ ਸਿੰਘ ਫੌਜਾ ਸਾਰਾ ਪਿੰਡ ਸਾਰੀ ਪੰਚਾਇਤ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਕੋਈ ਵੀ ਧਿਆਨ ਦੇਣ ਦੀ ਲੋੜ ਹੈ ਵੀ ਕੋਈ ਨਿਹੰਗ ਸਿੰਘ ਬਾਣੇ ਦੀ ਕੋਈ ਬੇਅਦਬੀ ਕਰਦਾ ਹੈ ਉਹਦੇ 'ਤੇ ਬੜੀ ਵੱਡੀ ਕਾਰਵਾਈ ਗਾਂ ਤੋਂ ਹੋਏਗੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਹਾਂ ਕੋਈ ਨਿਹੰਗ ਸਿੰਘ ਗਲਤ ਹੋਵੇ ਕੋਈ ਸ਼ਰਾਬ ਪੀਂਦਾ ਹੋਵੇ ਪਿੰਡ 'ਚ ਕੋਈ ਗਲਤ ਕੰਮ ਕਰਦਾ ਹੋਵੇ ਸਾਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਤੁਸੀਂ ਲਿਖ ਕੇ ਭੇਜੋ ਅਸੀਂ ਆਪ ਉਹਦੇ ਸੰਗਲ ਲਾਵਾਂਗੇ ਤਾਂ ਪਰ ਇਹ ਨਹੀਂ ਹੈਗਾ ਵੀ ਜਿਹੜਾ ਵੀ ਸ਼ਰਾਬੀ ਚੱਕ ਕੇ ਨਿਹੰਗ ਸਿੰਘ ਦੇ ਬਾਣੀ ਦੀ ਬੇਅਦਬੀ ਕਰੇ ਜਾਂ ਪੱਗ ਦੀ ਬੇਅਦਬੀ ਕਰੇ ਜਾਂ ਸ਼ਸਤਰਾਂ ਦੀ ਬੇਅਦਬੀ ਇਹ ਕਦੀ ਨਹੀਂ ਹੋ ਸਕਦਾ ਨਾ ਅਸੀਂ ਹੋਣ ਦੇਵਾਂਗੇ ਅਤੇ ਬਾਕੀ ਪਿੰਡ ਦੀ ਸਾਰੀ ਪੰਚਾਇਤ ਇੱਕ ਬੜਾ ਵਧੀਆ ਲਿਖਤੀ ਮਤਾ ਦੇ ਕੇ ਤੁਸੀਂ ਮੀਡੀਆ 'ਚ ਬੋਲਣਾ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਵੱਧ ਸਾਡੇ ਲਈ ਕੋਈ ਨਹੀਂ ਗਾ ਨਾ ਅੱਜ ਸੀਗਾ ਨਾ ਕੱਲ੍ਹ ਸੀਗਾ ਕਿਉਂਕਿ 10ਵੇਂ ਪਾਤਸ਼ਾਹ ਲਈ ਅਸੀਂ ਸੀਸ ਦੇ ਵੀ ਸਕਦੇ ਹਾਂ ਅਤੇ ਲੈ ਵੀ ਸਕਦੇ ਹਾਂ ਇਹ ਨਹੀਂ ਹੈਗਾ ਕੋਈ ਪਿੰਡ ਦਾ ਜੇ ਧਨਾਟ ਬੰਦਾ ਹੋਏਗਾ ਜਾਂ ਕੋਈ ਪੈਸੇ ਵੱਲੋਂ ਜ਼ਮੀਨ ਵੱਲੋਂ ਤਕੜਾ ਹੋਏਗਾ ਨਹੀਂ ਸਾਨੂੰ ਜੇ ਜੋ ਵੀ ਕਰਨਾ ਪਿਆ ਜੇ ਉੱਥੇ 1000 ਬੰਦਾ ਵੀ ਮਾਰਨਾ ਪਿਆ ਇਹ ਮਾਰਾਂਗੇ ਜਿਹੜਾ ਗੁਰੂ ਦੀ ਬੇਅਦਬੀ ਕਰੇਗਾ ਇਸ ਕਰਕੇ ਸਾਰੀ ਪੰਚਾਇਤ ਤੁਸੀਂ ਮਤਾ ਪਾਓ ਵੀ ਜਿੰਨਾ ਚਿਰ ਤੱਕ ਉਹ ਸਾਰਾ ਪਰਿਵਾਰ ਆ ਕੇ ਪਿੰਡ ਦੇ ਵਿੱਚ ਮੀਡੀਆ 'ਚ ਮਾਫ਼ੀ ਨਹੀਂ ਮੰਗਦਾ ਉਹਨਾਂ ਚਿਰ ਉਹਦੇ ਘਰ ਗੁਰੂ ਗ੍ਰੰਥ ਸਾਹਿਬ ਦੀ ਦੇਹ ਨਹੀਂ ਜਾਣੀ ਚਾਹੀਦੀ ਪਿੰਡ ਦਾ ਬਸ ਬਾਈਕਾਟ ਭਾਵੇਂ ਕੋਈ ਉਹਨਾਂ ਦੇ ਵਿਆਹ ਹੋਵੇ ਭਾਵੇਂ ਕੋਈ ਮਰਗ ਹੋਵੇ ਜਿੰਨਾ ਚਿਰ ਤੱਕ ਉਹ ਸਾਰਾ ਪਰਿਵਾਰ ਮਾਫ਼ੀ ਨਹੀਂ ਮੰਗਦਾ ਇੱਥੇ ਗੁਰੂ ਘਰ 'ਚ ਆ ਕੇ ਵੀ ਸਾਡੇ ਕੋਲ ਗਲਤੀ ਜਿਹੜਾ ਬੰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਗੋਲਾ ਕੱਢ ਸਕਦਾ ਮਾਵਾਂ ਭੈਣਾਂ ਤੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਖਿਲਾਫ਼ ਜਾ ਸਕਦਾ ਕੀ ਉਹ ਸਿੱਖ ਹੋ ਸਕਦਾ ਤੁਹਾਡੇ ਪਿੰਡ ਦੀ ਕਿੰਨੀ ਬੇਅਦਬੀ ਆ ਸਰਪੰਚ ਸਾਹਿਬ ਵੀ ਬੈਠੇ ਸਾਰੇ ਮੈਂਬਰ ਬੈਠੇ ਆ ਸਾਰਾ ਪਿੰਡ ਦਾ ਯੂਥ ਵੀ ਖੜਾ ਇਸ ਕਰਕੇ ਤੁਸੀਂ ਤਕੜੇ ਹੋ ਇਹ ਤੁਹਾਡਾ ਫਰਜ਼ ਬਣਦਾ ਸੀ ਉਹਦੀਆਂ ਲੱਤਾਂ ਤੋੜਨੀਆਂ ਕਿਉਂਕਿ ਜਿਹੜਾ ਤੁਹਾਡੇ ਪਿਓ ਦੀ ਪੱਗ ਨੂੰ ਹੱਥ ਪਾਲੇ ਤੇ ਅਸੀਂ ਬੰਦਾ ਮਾਰ ਦਿੰਦੇ ਹਾਂ ਕੋਈ ਭੈਣ ਨੂੰ ਹੱਥ ਪਾਲੇ ਅਸੀਂ ਬੰਦਾ ਮਾਰ ਦਿੰਦੇ ਹਾਂ ਸਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਉਹਨੇ ਬੰਦੇ ਨੇ ਹੱਥ ਪਾਇਆ ਇੱਜ਼ਤ ਨੂੰ ਗਾਲਾਂ ਕੱਢੀਆਂ 10ਵੇਂ ਪਾਤਸ਼ਾਹ ਨੂੰ ਮਾਵਾਂ ਭੈਣਾਂ ਦੀਆਂ ਇਸ ਕਰਕੇ ਸਾਰਾ ਪਿੰਡ ਇਕੱਠਾ ਹੋ ਕੇ ਤੁਸੀਂ ਮਤਾ ਪਾ ਕੇ ਮੀਡੀਆ ਦੇ ਵਿੱਚ ਇਹ ਚੀਜ਼ ਬੋਲੀ ਜਾਵੇ ਵੀ ਕੋਈ ਵੀ ਬੰਦਾ ਇਸ ਤੋਂ ਬਾਅਦ ਇਸ ਤਰ੍ਹਾਂ ਗੁਰੂ ਨੂੰ ਮੰਦਾ ਬੋਲੇ ਜਾਂ ਕਿਸੇ ਦੀ ਬੇਅਦਬੀ ਕਰਦਾ ਹੈ ਤੇ ਪਿੰਡ ਦੇ ਵਿੱਚ ਮਤਾ ਪਾਇਆ ਜਾਵੇ ਉਹਨਾਂ ਚਿਰ ਗੁਰੂ ਗ੍ਰੰਥ ਸਾਹਿਬ ਦੇ ਘਰ ਨਹੀਂ ਜਾਣਾ ਚਾਹੀਦਾ ਬੰਦੇ ਦੇ ਜੇ ਸਾਨੂੰ ਦੁਬਾਰਾ ਕਾਰਵਾਈ ਕਰਨੀ ਪਏਗੀ ਹਾਂ ਉਹ ਸਾਰਾ ਪਰਿਵਾਰ ਆ ਗਏ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮਾਫ਼ੀ ਮੰਗੇ ਵੀ ਸਾਡੇ ਕੋਲ ਗਲਤੀ ਹੋ ਗਈ ਹੈ ਵੀ ਅੱਗੇ ਤੋਂ ਇਹੋ ਜਿਹੀ ਕੋਈ ਪਰਿਵਾਰ ਦੇ ਵਿੱਚ ਗਲਤੀ ਨਹੀਂ ਕਰੇਗਾ ਗੁਰੂ ਮਹਾਰਾਜ ਬਾਰੇ ਫਿਰ ਗੁਰੂ ਗ੍ਰੰਥ ਸਾਹਿਬ ਉਹਦੇ ਘਰ ਜਾਊਗਾ ਨਹੀਂ ਤਾਂ ਉਹਦੇ ਘਰ ਨਹੀਂ ਬਿਲਕੁਲ ਵੀ ਜਾਏਗਾ ਬਾਬਾ ਜੀ ਆਪਾਂ ਜੀ ਅੱਜ ਹੀ ਇਹਨਾਂ ਕੋ ਮਾਫੀ ਮੰਗਾ ਲਈ ਤੇ ਮੰਗਾਓ ਤੁਸੀਂ ਮੀਡੀਆ 'ਚ ਮੰਗਾ ਲਓ ਸ਼ਾਮ ਨੂੰ ਮਿਲੀਏ ਇਹ ਤੁਸੀਂ ਦੇਖਣਾ ਮਾਫੀ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਨਹੀਂ ਕਰਦਾ ਵੀ ਇਸ ਕਰਕੇ ਸਾਰੇ ਇਕੱਠੇ ਹੋ ਕੇ ਤੁਸੀਂ ਪਿੰਡ ਤੁਸੀਂ ਪਤਾ ਪਾਓ ਉਹਦੇ ਘਰ ਤੇ ਜਿਹੜੀ ਗੱਲ ਚੱਲਦੀ ਜਿਹੜਾ ਪਰਚਾ ਉਹ ਤਾਂ ਚੱਲੂਗਾ ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਬਾਰੇ ਇਸ ਕਰਕੇ ਤੁਸੀਂ ਸਾਰੇ ਮਤਾ ਪਾਓ ਉਹਦੇ ਲਈ ਇਹ ਨਹੀਂ ਵੀ ਜਿਹੜਾ ਮਰਜ਼ੀ ਗੁਰੂ ਦੀ ਬੇਅਦਬੀ ਕਰੇ ਗਾਲਾਂ ਕੱਢੇ ਕੋਈ ਤੁਹਾਡੇ ਪਿੰਡ ਦੀ ਕਿੰਨੀ ਬਦਨਾਮੀ ਤੁਹਾਡੇ ਗੁਰੂ ਨੂੰ ਕੋਈ ਬੰਦਾ ਗਾਲਾਂ ਕਰ ਰਿਹਾ ਪਿੰਡ ਦਾ ਇਸ ਕਰਕੇ ਸਾਰੇ ਧਿਆਨ ਦੇ ਕੇ ਇਹ ਗੱਲ ਆਪਾਂ ਧਿਆਨ 'ਚ ਲਿਆਈਏ ਅਤੇ ਮਤਾ ਪਾ ਕੇ ਤੁਸੀਂ ਜਿੰਨਾ ਚਿਰ ਤੱਕ ਉਹ ਸਾਰਾ ਮਸਲਾ ਹੱਲ ਨਹੀਂ ਹੁੰਦਾ ਮਾਫ਼ੀ ਵਾਲਾ ਅਤੇ ਉਹਨਾਂ ਚਿਰ ਗੁਰੂ ਗ੍ਰੰਥ ਸਾਹਿਬ ਉਹਦੇ ਘਰ ਨਹੀਂ ਜਾਏਗਾ ਕੋਈ ਖੁਸ਼ੀ ਗਮੀ 'ਚ